ਇੱਥੇ ਫੜ ਕੇ ਸ਼ੁਰੂਆਤ ਹੋਈ ਸੀ, ਇੱਕ ਵਾਅਦਾ ਕੀਤਾ ਸੀ, ਠੀਕ ਹੈ, ਮੁਸਲਮਾਨ ਹੋਣ ਦੇ ਨਾਤੇ ਵੀ ਸਾਡੀ ਬੱਚੀ, ਠੀਕ ਹੈ, ਜਿਹਦੇ ਨਾਲ ਇੰਨਾ ਇੰਨੀ ਦਰਦਨਾਕ ਜਿਹਨੂੰ ਮੌਤ ਦਿੱਤੀ ਗਈ ਹੈ, ਉਹਨੂੰ ਇਨਸ਼ਾਅੱਲਾ ਇਨਸਾਫ ਦਵਾਵਾਂਗੇ। ਇੱਥੇ ਹਜ਼ਾਰਾਂ ਲੋਕ ਜਿਨ੍ਹਾਂ ਨੇ ਮਲੇਰਕੋਟਲੇ ਦੇ ਲੋਕਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਸੀਗਾ, ਜਿਹਦੀ ਬਦੌਲਤ ਅੱਜ ਅਸੀਂ ਇਹ ਕੇਸ ਇੱਥੇ ਤੱਕ ਪਹੁੰਚਾਇਆ। ਕੁਛ ਲੋਕ ਕਹਿਣ ਲੱਗ ਗਏ ਸੀ ਕਿ ਅੱਜ ਤੋਂ ਹਫ਼ਤਾ ਦਸ ਦਿਨ ਪਹਿਲਾਂ ਵੀ ਇਹ ਜੀ ਸਾਰੇ ਛੱਡਤੇ, ਬਰੀ ਕਰਤੇ, ਔਰ ਅੱਲਾਹ ਦੇ ਹੁਕਮ ਨਾਲ ਇਹਦੇ ਵਿੱਚ 1% ਵੀ ਮੈਨੂੰ ਕਦੇ ਇਹ ਉਮੀਦ ਨਹੀਂ ਸੀਗੀ ਵੀ ਹਾਂ ਵੀ ਕੋਈ ਬੰਦਾ ਬਰੀ ਹੋ ਸਕਦਾ। ਮੈਨੂੰ ਯਾਦ ਆ ਵੀ ਹਾਲੇ ਕੁਛ ਜਿਹੜੇ ਮੇਰੇ ਸਾਥੀ ਸੀਗੇ ਉੱਥੇ ਨਾਲ ਦੇ, ਉਹ ਥੋੜ੍ਹੇ ਮਾਯੂਸ ਹੋ ਜਾਂਦੇ ਸੀਗੇ ਵਿੱਚ ਨੂੰ, ਮਗਰ ਮੈਨੂੰ ਅੱਲਾਹ ਦੀ ਜ਼ਾਤ ਦੇ ਉੱਪਰ ਪੂਰਾ ਭਰੋਸਾ ਸੀਗਾ ਵੀ ਅੱਲਾਹ ਇਹਦੇ ਵਿੱਚ ਇਨਸਾਫ ਕਰੂਗਾ, ਕਿਉਂਕਿ ਜਿੰਨੀ ਦਰਦਨਾਕ ਤਰੀਕੇ ਨਾਲ ਉਸ ਬੱਚੀ ਨੂੰ ਮਾਰਿਆ ਗਿਆ ਸੀ, ਜਿਸ ਦਿਨ ਉਸ ਬੱਚੀ ਦੇ ਕੱਪੜੇ ਕੋਰਟ 'ਚ ਦਿਖਾਏ ਗਏ ਸੀਗੇ, ਤੁਹਾਡਾ ਭਾਈ ਖੜਾ ਉੱਥੇ ਰੋ ਰਿਹਾ ਸੀ, ਔਰ ਮੇਰੇ ਦਿਲੋਂ ਐਸੀ ਯਾਨੀ ਕਿ ਆਵਾਜ਼ ਨਿਕਲੀ ਕਿ ਇਹ ਮਰਨਗੇ ਹੀ ਮਰਨਗੇ ਇਹ, ਔਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਕੰਮ ਕੀਤਾ ਸੀ, ਜਿਨ੍ਹਾਂ ਨੇ ਉਹਦਾ ਕਤਲ ਕੀਤਾ ਸੀਗਾ, ਔਰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ, ਅੱਲਾਹ ਦੇ ਹੁਕਮ ਨਾਲ ਜਦ ਤੱਕ ਮੌਤ ਨਹੀਂ ਆਉਂਦੀ ਉਹਨਾਂ ਨੂੰ ਅੰਦਰ ਹੀ ਰਹਿ। ਮੁਬੀਨ ਫਾਰੂਕੀ ਮੁਬੀਨ ਫਾਰੂਕੀ ਇਲਾਵਾ ਤਿੰਨ ਜਿਹੜੇ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਸਬੂਤ ਮਟਾਉਣ ਦੇ ਜਿਨ੍ਹਾਂ ਦੇ ਉੱਪਰ ਦੋਸ਼ ਸੀਗੇ, ਉਹਨਾਂ ਨੂੰ 5-5 ਸਾਲ ਦੀ ਸਜ਼ਾ ਹੋਈ ਹੈ ਔਰ 50,000 ਰੁਪਏ ਜੁਰਮਾਨਾ। ਅਸੀਂ ਇਨਸ਼ਾਅੱਲਾ ਬਹੁਤ ਜਲਦ ਇਹ ਆਰਡਰ ਨੂੰ ਵੀ, ਅਸੀਂ ਇਹਨਾਂ ਦੀ ਮੌਤ ਮੰਗੀ ਸੀ ਵੀ ਇਹਨਾਂ ਨੂੰ ਸਜ਼ਾਏ ਮੌਤ ਮਿਲੇ, ਮਗਰ ਕੋਰਟ ਨੇ ਸਿਰਫ ਇਹਨਾਂ ਨੂੰ ਉਮਰ ਕੈਦ ਦਿੱਤੀ। ਅਸੀਂ ਇਸ ਚੀਜ਼ ਦੇ ਖਿਲਾਫ ਵੀ ਇਨਸ਼ਾਅੱਲਾ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਪਾਵਾਂਗੇ, ਇਹਨਾਂ ਨੂੰ ਸਜ਼ਾਏ ਮੌਤ ਹੀ ਮਿਲੇ, ਔਰ ਜਿਹੜੇ ਪੁਲਿਸ ਵਾਲੇ ਇਹਨਾਂ ਨੇ ਘੱਟ ਸਜ਼ਾ ਕਰਕੇ ਛੱਡਤੇ ਉਹਨਾਂ ਨੂੰ ਵੀ ਪੂਰੀ ਸਜ਼ਾ ਮਿਲੇ, ਔਰ ਜਿਹੜਾ ਇੱਕ ਬੰਦਾ ਇਹਨਾਂ ਨੇ ਬਰੀ ਕੀਤਾ ਉਹ ਵੀ ਬਰਾਬਰ ਦਾ ਭਾਗੀਦਾਰ ਸੀ, ਉਹਨੂੰ ਵੀ ਦੁਬਾਰਾ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਜ਼ਿੰਦਾਬਾਦ ਮੁਬੀਨ ਫਾਰੂਕੀ ਜ਼ਿੰਦਾਬਾਦ ਮੁਬੀਨ ਫਾਰੂਕੀ ਜ਼ਿੰਦਾਬਾਦ ਅਸਲਾਮੁ ਅਲੈਕੁਮ I am from Kerala and I am the general secretary of BDO and Muslim Youthri National Committee. We supported Mubeen Farooqui in this case and this time we all India is proud about Mubeen Farooqui. Mubeen has done a great work. Mubeen has done a great work. There is no similarity in this case. This case is the rare among the rarest. And another thing, there are many advocates